falan diyor. Aslında Fadil'de interview kanlıyor ki he found out that experience in the CS mock no I see Bella. But I interviewed Bella when the push up and I told him way to see here, Tadil, to see Tika interview kind of like a phone kind of one up and I am. But all phone to the sign kind of when I told him the problem, he Tika. Coina. मेरा नाम सीम रियाना है मैं बोर्न हुई सी पा इंडिया गुरदासपुर कादियान से जन्म डेट की है 70 समथिंग लाइक दैट अबाउट मैं हैगी हां 63 दी हां हां जी 63 साल साल दी है मैंने पूछी दस अपना नाम पूरा दस ता फिर किथे मेरा नाम हां जी मेरा नाम है अभी कुमारी ओदा बशनी बशनी ओ जिंदा मेरा आदमी दा राज कुमार है ना हां जी तो मगर फिर कुमारी बनाता आहो तो तू किथे जम्मे सी किथे पाकिस्तान च पिंड केड़ा जाना पिंड हां जी पिंड से का शाहपुर तेती लैलपुर दा जिला हां जी हां तो तोदा जन्म डेट की आ बर्थडेट की है बर्थडेट हैगा पहली जनवरी तो है ना 1930 का जन्म हाँ जी ठीक है जमे कपूरथले पंजाब च बर्थडेट है 1934 ਕਿੱਦਾਂ ਤੁਸੀਂ ਸੋਚਿਆ ਸੀਗਾ ਕੀ ਤੁਹਾਡੇ ਐਕਸਪੀਰੀਅੰਸ ਸੀਗੇ ਅਸੀਂ ਤਾਂ ਸੋਚ ਕੇ ਤਾਂ ਉੱਥੋਂ ਇੱਦਾਂ ਆਏ ਸੀ ਵੀ ਮਤਲਬ ਵੀ ਚੰਗਾ ਹੋਊਗਾ ਚੰਗੀ ਤਰ੍ਹਾਂ ਰਹਾਂਗੇ ਅਤੇ ਇੰਡੀਆ 'ਚ ਕਈ ਮੁਸ਼ਕਲਾਂ ਤਾਂ ਪੇਸ਼ ਆਉਂਦੀਆਂ ਸੀਗੀਆਂ ਸਾਡਾ ਹੀ ਪੁੱਛਣਾ ਜਾਂ ਮਾਪਿਆਂ ਦਾ ਵੀ ਮੇਰੇ ਗਰੀਬੀ ਵੀ ਸੀ ਗਰੀਬੀ ਵੀ ਸੀਗੀ ਹੈ ਨਾ ਇੱਥੇ ਆ ਕੇ ਫਿਰ ਅਸੀਂ ਜਦੋਂ ਆਏ ਤਾਂ ਫਿਰ ਸਾਨੂੰ ਇੱਥੇ ਆ ਕੇ ਤਾਂ ਜਰਾ ਦੋ ਬੱਚੇ ਦੇ ਨਾਲ ਲੈ ਕੇ ਆਏ ਸੀ ਫਿਰ ਦੋ ਲੜਕੀਆਂ ਸੀ ਤਾਂ ਆਣ ਕੇ ਫਿਰ ਦੋ ਬੱਚੇ ਇੱਥੇ ਪੈਦਾ ਹੋਏ ਅਤੇ ਜਦੋਂ ਛੋਟੇ ਛੋਟੇ ਬੱਚੇ ਸੀ ਜਿਹੜੇ ਇੱਥੇ ਦੇ ਉਹ ਨਾ ਇੱਦਾਂ ਚੇਅਰ 'ਤੇ ਬਹਿ ਕੇ ਤਾਂ ਇੱਦਾਂ ਪਿੱਛੇ ਨੂੰ ਸਿਰ ਮਾਰਦੇ ਹੁੰਦੇ ਸੀ ਨਾਲ ਸਾਡੇ ਇੱਦਾਂ ਗੋਰੀ ਰਹਿੰਦੀ ਸੀ ਉਹਨੇ ਸਾਨੂੰ ਕਦੀ ਚਿੱਠੀਆਂ ਲਿਖ ਕੇ ਭੇਜਣੀਆਂ ਕਦੀ ਸਾਨੂੰ ਉਹਨੇ ਆਣ ਕੇ ਡੋਰਾਂ ਕਰਨੀਆਂ ਵੀ ਤੁਸੀਂ ਇੱਦਾਂ ਖੜਕਾ ਨਾ ਕਰੋ ਹੈ ਨਾ ਤਾਂ ਬੱਚੇ ਤਾਂ ਹੁਣ ਤੁਹਾਨੂੰ ਪਤਾ ਵੀ ਬੱਚੇ ਹਟਾਏ ਤਾਂ ਹਟਦੇ ਨਹੀਂ ਹੈ ਹੈ ਨਾ ਅਤੇ ਸਾਨੂੰ ਵੀ ਉਹਨੇ ਬੜਾ ਹੀ ਤੰਗ ਕਰਨਾ ਉਸ ਗੋਰੀ ਨੇ ਫਿਰ ਅਸੀਂ ਹਾਂਜੀ ਹੈਗੇ ਸੀ ਤਾਂ ਫਿਰ ਅਸੀਂ ਤਾਂ ਕੁਛ ਕਰ ਹੀ ਨਹੀਂ ਸਕਦੇ ਮੈਂ ਤਾਂ ਉੱਧਰ ਡਰਦੀ ਸੀ ਮੈਂ ਕਹਿੰਦੀ ਸੀ ਬਗਾਨੇ ਮੁਲਕ ਦੇ ਵਿੱਚ ਆ ਕੇ ਅਸੀਂ ਆਪਾਂ ਕੁਛ ਕਰ ਹੀ ਨਹੀਂ ਸਕਦੇ ਨਾ ਤਾਂ ਮੈਨੂੰ ਬਾਤ ਹੀ ਆਉਂਦੀ ਸੀ ਹੈ ਨਾ ਅਸੀਂ ਡਰਦੇ ਮੈਂ ਤਾਂ ਕੁਛ ਬੋਲਣਾ ਉਹਨਾਂ ਨੇ ਫਿਰ ਚਿੱਠੀ ਦਾ ਇੱਕ ਵਾਰੀ ਜਵਾਬ ਦਿੱਤਾ ਤਾਂ ਉਹਨੇ ਫਿਰ ਗੋਰੀ ਨੇ ਗਾਲਾਂ ਕੱਢੀਆਂ ਵੀ ਤੁਸੀਂ ਕਿਉਂ ਨਹੀਂ ਬੱਚਿਆਂ ਨੂੰ ਇੱਦਾਂ ਸਾਂਭਦੇ ਕਿਉਂ ਨਹੀਂ ਤੁਸੀਂ ਇੱਦਾਂ ਕਰਦੇ ਹੈਗੇ ਕਹਿੰਦਾ ਹੁਣ ਬੱਚੇ ਅਸੀਂ ਕਿੱਥੇ ਲੈ ਗਏ ਕਿੱਥੇ ਤੁਸੀਂ ਰਹਿੰਦੇ ਸੀ ਉਦੋਂ ਨੈਪੀਅਰ ਰੋਡ 'ਚ ਪੈਲਸ ਹਾਊਸ ਹੈ ਨਾ ਹਾਂਜੀ ਤਾਂ ਨਾਲ ਦੀ ਇੱਦਾਂ ਗੋਰੀ ਨੇ ਸਾਨੂੰ ਬੜਾ ਤੰਗ ਕਰਨਾ ਤਾਂ ਕਿਹੜੇ ਸਾਲ ਆਏ ਸੀ ਤੁਸੀਂ ਇਸ ਨੋਕ 'ਚ ਅਸੀਂ 1965 'ਚ ਫਿਰ ਕੀ ਹੋਇਆ ਬਸ ਫਿਰ ਅਸੀਂ ਉੱਥੇ ਰਹਿੰਦੇ ਰਹੇ ਹਾਂ ਉਹ ਵੀ ਰਹਿੰਦੀ ਰਹੀ ਆ ਫਿਰ ਇੰਨਾ ਟਰਵਲ ਹੁੰਦੀ ਰਹੀ ਆ ਹੁੰਦੀ ਰਹੀ ਫਿਰ ਅਸੀਂ ਕਿੱਥੇ ਜਾਣਾ ਸੀ ਉਸ ਟਾਈਮ 'ਤੇ ਉਦੋਂ ਤਾਂ ਆਦਮੀਆਂ ਨੂੰ ਪੈਸੇ ਵੀ ਬਹੁਤ ਥੋੜ੍ਹੇ ਮਿਲਦੇ ਹੁੰਦੇ ਸੀ ਅਤੇ ਉਹਨਾਂ 'ਚ ਗੁਜ਼ਾਰਾ ਕਰੀਦਾ ਸੀਗਾ ਅਤੇ ਜਾਣੀ ਹੈਪੀ ਸੀ ਆਪ ਅਤੇ ਉੱਦਾਂ ਦੀਆਂ ਮੁਸ਼ਕਲਾਂ ਤਾਂ ਸਾਨੂੰ ਹਾਲੇ ਵੀ ਹੈਗੀਆਂ ਮਤਲਬ ਕਿ ਸਾਡੇ ਗੁਆਂਢ ਹੁਣ ਵੀ ਉਹ ਗੋਰੀ ਆ ਕੋਈ ਹੋਰ ਹੈ ਨਾ ਜੇ ਮਤਲਬ ਕੋਈ ਆਣ ਕੇ ਗੱਡੀ ਖੜ੍ਹੀ ਕਰਦਾ ਤਾਂ ਉਹ ਉਸੇ ਵੇਲੇ ਆ ਕੇ ਕਹਿੰਦੀ ਗੱਡੀ ਮੂਵ ਕਰੋ ਇੱਥੋਂ ਫਿਰ ਇੱਕ ਦਿਨ ਮੇਰੇ ਲੜਕੇ ਨੇ ਕਿਹਾ ਵੀ ਅਸੀਂ ਗੱਡੀ ਹੁਣ ਕਿੱਥੇ ਲੈ ਦਿਆ ਕਰੀਏ ਅਤੇ ਤੁਸੀਂ ਇੱਥੇ ਉਹ ਆਈ ਆ ਦੂਸਰੀ ਹੁਣੀ ਉਹ ਇੱਕ ਦਿਨ ਗਈ ਮੇਰੇ ਘਰ ਨੂੰ ਮੇਰੀ ਭੈਣ ਨੂੰ ਹੈ ਨਾ ਉਹਨੂੰ ਕਹਿੰਦੀ ਤੂੰ ਗੱਡੀ ਮੂਵ ਕਰ ਮੈਂ ਘਰ ਹੈ ਨਹੀਂ ਸੀ ਉਹ ਮੈਨੂੰ ਮਿਲਣ ਵਾਸਤੇ ਗਈ ਸੀ ਹੈ ਨਾ ਜਿਸ ਵੇਲੇ ਉਹ ਗਈ ਤਾਂ ਕਹਿੰਦੀ ਇੱਥੋਂ ਗੱਡੀ ਮੂਵ ਕਰ ਲਾ ਉਹ ਕਹਿੰਦੀ ਵੀ ਤੂੰ ਐਂਚੀ ਟੇਪ ਲਏ ਆ
ਤੇ ਜਗ੍ਹਾ ਨਾਪ ਲਾ ਜੇ ਤਾਂ ਤੇਰੇ 'ਚ ਆ ਤਾਂ ਮੈਂ ਗੱਡੀ ਮੂਵ ਕਰ ਲੈਂਦੀ ਹਾਂ, ਜੇ ਤੇਰੇ ਸਾਈਡ 'ਤੇ ਨਹੀਂ ਹੈਗੀ ਤਾਂ ਮੈਂ ਗੱਡੀ ਨਹੀਂ ਮੂਵ ਕਰ। ਉਹਨੇ ਫਿਰ ਮੈਨੂੰ ਬਾਅਦ ਵਿੱਚ ਦੱਸਿਆ ਵੀ ਇੱਦਾਂ ਹੋਈ ਤੁਹਾਡੇ ਗੁਆਂਢ ਇੱਦਾਂ ਕਿਉਂ ਕਰਦੇ ਆ। ਮੈਂ ਕਿਹਾ ਪਤਾ ਨਹੀਂ ਉਹਦੀ ਆਦਤ ਹੀ ਇੱਦਾਂ ਦੀ ਆ, ਜਦੋਂ ਵੀ ਕੋਈ ਇੱਦਾਂ ਦੀ ਪ੍ਰੋਬਲਮ ਹੁੰਦੀ ਆ ਤਾਂ ਆ ਕੇ ਡੋਰ ਕਰ ਦਿੰਦੀ ਆ ਗੱਡੀ ਮੂਵ ਕਰ। ਅਸੀਂ ਗੱਡੀ ਇੱਦਾਂ ਕਰਨੀ ਸੀ ਸਾਡੀ ਸਾਈਡ 'ਤੇ ਗੱਡੀ ਨਾ ਖੜੀ, ਗੱਡੀ ਸਾਈਡ 'ਤੇ ਵੀ ਨਾ ਹੋਵੇ ਹੈ ਨਾ, ਸਾਡੇ ਇੱਦਾਂ ਗੇਟ ਨੂੰ ਮੋਹਰੇ ਹੋਵੇ ਤਾਂ ਵੀ ਕਹੋਗੇ ਗੱਡੀ ਤੁਸੀਂ ਮੂਵ ਕਰ ਲਓ, ਅਸੀਂ ਕਰ ਲਈਦੀ ਆ। ਝਗੜਾ ਹੋ ਜਾਂਦਾ ਸੀ ਤੇ ਕਰ ਲੈਂਦੇ ਸੀ, ਉਹ ਸਿੱਝ ਲੈਂਦੇ ਸੀ, ਤਾਂ ਹੁਣ ਮੈਂ ਕਿਸੇ ਬੱਚੇ ਨੂੰ ਵੀ ਨਹੀਂ ਬੋਲਣ ਦਿੰਦੀ ਹੈਗੀ। ਮੈਂ ਕਹਿੰਦੀ ਹੋ ਤੁਸੀਂ ਗੱਡੀ ਘਰੇ ਕਰ ਲਓ, ਇੱਦਾਂ ਦੀਆਂ ਮੁਸ਼ਕਿਲਾਂ ਇੱਥੇ ਤਾਂ ਪੇਸ਼ ਆਉਂਦੀਆਂ ਸੀ। ਤੁਸੀਂ ਇੱਦਾਂ ਦੀਆਂ ਮੁਸ਼ਕਿਲਾਂ ਵੀ ਪੂਰੀਆਂ ਕਰਦੇ ਹੋ? ਨਹੀਂ ਫਿਰ ਜਿਹੜੀ ਮੁਸ਼ਕਿਲ ਹੈਗੀ ਤਾਂ ਦੱਸਣੀ ਹੈ ਨਾ। ਪਹਿਲਾਂ ਸਾਡੇ ਨਾਲ ਹਾਂ ਹੁੰਦੀਆਂ ਰਹੀਆਂ, ਫਿਰ ਚੰਗੀ ਹਾਲੇ ਤਾਂ ਵੀ ਮੈਂ ਕਿਹਾ ਸਾਡਾ ਪਿੱਛਾ ਨਹੀਂ ਛੱਡਿਆ ਜਾਣੀਆਂ। ਕੀ ਕਹਿੰਦੇ ਮੁਸ਼ਕਿਲ ਹਾਂ ਦੱਸ ਆਪਣੀ ਕੀ ਆ ਤੁਹਾਨੂੰ? ਹੈਂ ਮੇਰੀ ਤਾਂ ਬਹੁਤ ਉਮਰ 70 ਸਾਲ ਦੀ ਹੋ ਗਈ ਹੈ ਨਾ। ਮੈਂ ਮੇਰੇ ਕੋਲ ਤੁਸੀਂ ਕਿਹੜੇ ਸਾਲ ਆਏ ਸੀ ਇਸ ਮੌਕੇ ਨੂੰ? ਕਿਹੜੇ ਸੰਨ 'ਚ ਆਈ ਸੀ ਉੱਥੇ? ਕਿਹੜੇ ਸੰਨ 'ਚ ਆਏ ਸੀ? ਮੈਨੂੰ ਆਹਾ ਹੀ ਚਾਹੀਦਾ ਵੀ ਜਦੋਂ ਮੇਰੇ ਘਰ ਪੈਰਾਂ 'ਚ ਦਰਦ ਪੈਂਦਾ ਹੈ ਨਾ ਬਹੁਤ। ਕਿਹੜੇ ਸੰਨ 'ਚ ਆਈ ਸੀ? ਮੈਂ 1957 'ਚ। ਹਾਂਜੀ ਹਾਂ ਤੁਸੀਂ ਹੁਣ ਦੱਸ ਦਿਓ ਮੈਨੂੰ ਹੈ ਨਾ, ਆਈ ਨੂੰ 42 ਸਾਲ ਹੋ ਗਏ ਹੁਣ, 57 ਤਾਂ ਹੈ ਨਾ ਇਹਨੇ ਹੋ ਗਏ। ਮੈਂ ਕਿਹਾ ਕੋਈ ਨਹੀਂ ਕਹਿੰਦੀ ਤੁਹਾਡੀ ਹੈ ਨਾ, ਹੁਣ ਤੂੰ ਆਪਣੀ ਗੱਲ ਕਰ ਜਿਹੜੀ ਕਰਨੀ ਹੈ ਦੱਸਾਂ ਹੈ ਨਾ। ਮੇਰੇ ਘਰਾਂ ਪੈਰਾਂ 'ਚ ਦਰਦ ਪਾਓ ਪੈਂਦਾ ਸਾਰਿਆਂ ਦੇ ਹੁੰਦੀਆਂ ਕਰਾਂ ਮੇਰੇ ਮੇਰੇ ਪੌੜੀਆਂ ਵੀ ਨਹੀਂ ਚੜ੍ਹ ਸਕਦੀ ਚੜ੍ਹ ਪਾਉਣ ਸਕਦਾ ਅਤੇ ਤੂੰ ਤੱਕਣੀ ਆ ਹਜੇ ਮੈਨੂੰ ਬਾਅਦ 'ਚ ਇਹ ਗੱਲ ਕਰਨੀ। ਹਾਂਜੀ ਜੇ ਪਹਿਲਾਂ ਤੁਸੀਂ ਆਏ ਸੀ ਜੇ ਤੁਸੀਂ ਕਹਿੰਦੇ ਸੀ ਨਾ ਵੀ ਤੁਸੀਂ ਯੰਗ ਸੀਗੇ ਸ਼ੋਰ ਫਟ ਤੁਸੀਂ ਯੰਗ ਜੇ ਤੂੰ ਯੰਗ ਕੁੜੀ ਸੀਗੀ ਮਾਰਕੀਟ ਹੁੰਦੀ ਸੀ ਉੱਥੇ ਇੱਕ ਮੇਰੀ ਸਹੇਲੀ ਪਾਕਿਸਤਾਨਣ ਸੀਗੀ ਕੁੜੀ, ਉਹ ਵੀ ਕੁੜੀ ਬਈ ਸੋਹਣੀ ਬਲ 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 ਉਹਦਾ ਵੀ ਕੋਈ ਜਨਾਨੀ ਨਹੀਂ ਇੱਥੇ ਆਪਾਂ ਸਾਰੀਆਂ ਹੀ ਆ। ਉਹ ਹੈ ਨਾ ਸਾਨੂੰ ਮਿਲ ਪਈ ਹੈ। ਉਹ ਇੱਕ ਦਿਨ ਮੈਂ ਕਿਹਾ ਕੁੜੇ ਸ਼ਹੀਦਾ ਤੂੰ ਜਾਣਾ ਨਹੀਂ? ਕਹਿੰਦੀ ਅੱਜ ਨਹੀਂ ਮੈਂ ਜਾਣਾ ਭੈਣੇ। ਮੈਂ ਕਿਹਾ ਚੱਲ ਮੈਂ ਇਕੱਲੀ ਜਾਂਦੀ ਹਾਂ ਟਾਊਨ ਨੂੰ। ਜਦ ਮੈਂ ਗਈ ਬੱਸ ਚੜ੍ਹ ਗਈ ਉਦੋਂ 2.5 ਪੈਣੀਆਂ ਹੁੰਦੀਆਂ ਸੀ ਬੱਸ ਦੀਆਂ ਹੈ ਨਾ। ਅੱਛਾ ਕੁੜੀਏ ਇੱਕ ਗੋਰਾ ਸੀਗਾ ਉਹ ਉਰਦੂ ਬੋਲਦਾ ਸੀ ਗੋਰਾ ਹਾਂ। ਜਦ ਬੋਲਦਾ ਸੀ ਤਾਂ ਉਹਦੀ ਦੁਕਾਨ ਸੀ ਅੰਦਰ ਗਰੋਸਰੀ ਦੀ, ਉੱਥੋਂ ਹੀ ਹਲਦੀ ਮਿਰਚਾਂ ਲਿਆਉਂਦੀਆਂ ਹੁੰਦੀਆਂ ਸੀ ਅਸੀਂ। ਉਹ ਜੀ ਮੈਨੂੰ ਪਤਾ ਨਹੀਂ ਸੀ ਜੇ ਬੋਲਦਾ ਆ। ਉੱਥੇ ਮੈਂ ਚੀਜ਼ਾਂ ਲਈਆਂ ਤਾਂ ਛਤਰੀ ਭੁੱਲ ਗਈ, ਜਦ ਛਤਰੀ ਭੁੱਲ ਗਈ ਬਾਹਰ ਮੀਂਹ ਪਵੇ ਮੈਂ ਹੈ ਨਾ ਆਲੇ ਦੁਆਲੇ ਘੁੰਮ ਕੇ ਕਹਿ ਰਿਹਾ ਇੱਥੇ ਰੱਖੀ ਸੀ ਹੈ। ਉਹ ਮੈਂ 3-4 ਗੇੜੇ ਜਦੋਂ ਕੱਢੇ ਤਾਂ ਮੈਂ ਕਿਹਾ ਇੱਥੇ ਹੀ ਰੱਖੀ ਸੀ, ਪਤਾ ਨਹੀਂ ਹੁਣ ਮੈਂ ਕਿੱਦਾਂ ਪੁੱਛਾਂ। ਉਹਨੇ ਦੇਖ ਲਿਆ ਵੀ ਇਹ ਛਤਰੀ ਢੋਲਦੀ ਆ ਹੈਂ। ਮੈਨੂੰ ਕਹਿ ਮੈਨੂੰ ਕਹਿੰਦਾ ਤੇਰਾ ਅਮਰਾਲਾ ਗੁਆਚਾ ਮੈਨੂੰ ਬੇਵਲ ਪਤਾ ਲੱਗ। ਅੱਛਾ ਕੁੜੀ ਚੱਕ ਕੇ ਉਹਨੂੰ ਚੱਕ ਕੇ ਇਹਦੇ ਟੇਬਲ 'ਤੇ ਰੱਖੇ, ਫੜਾ ਦਾਦੇ ਮੰਗਾਉਣਾ ਮੈਂ ਜਾਗੀ ਟੋਲ ਛਤਰੀ ਚੱਕ ਕੇ ਮੈਂ ਆ ਗਈ ਘਰ। ਆ ਕੇ ਭਾਈ ਵੀ ਮੈਂ ਹੈ ਨਾ ਪੁੱਛਿਆ ਬੰਦਾ ਤਾਂ ਭਾਪੇ ਨੂੰ ਮੈਂ ਗਿਆ ਕੋਹ ਨਹੀਂ ਆ ਦੇਸ਼। ਕਹਿੰਦਾ ਕੀ ਹੋਇਆ? ਮੈਂ ਕਿਹਾ ਮੇਰੀ ਛਤਰੀ ਉੱਥੇ ਰਹਿ ਗਈ, ਉਹ ਗੋਰਾ ਦੇਣਾ ਹੈ ਨਾ ਮੈਂ ਕੰਨ ਥੱਲੇ ਰੱਖ ਲਈ। ਮੈਂ ਕਿਹਾ ਘੜੀ ਘੜੀ ਕਰਾਂ ਇੱਥੇ ਰੱਖੀ ਸੀ ਮੈਂ, ਇੱਥੋਂ ਘੁੰਮ ਕੇ ਇੱਥੇ ਰੱਖੀ ਸੀ। ਉਹਨੇ ਜੇ ਚੱਕ ਕੇ ਦੱਸੀ ਫੜਾ ਤੇਰੇ ਦਾਦੇ ਮੰਗਿਆ ਮੈਂ ਲਾ ਕੇ ਨੱਠੀ ਬਾਬਾ। ਉਦੋਂ ਦੀਆਂ ਸਾਡੀਆਂ ਇੱਦਾਂ ਦੀਆਂ ਗੱਲਾਂ, ਗੰਢਿਆਂ ਦਾ ਨਾਂ ਸਿੱਖਿਆ, ਆਲੂਆਂ ਦਾ ਨਾਂ ਸਿੱਖਿਆ, ਗਾਜਰਾਂ ਦਾ ਨਾਂ ਸਿੱਖਿਆ ਹੈ ਨਾ। ਤਾਂ ਅਸੀਂ ਇੱਦਾਂ ਹੀ ਮੂਹਰੇ ਪੈਸੇ ਕਰਦੇ ਨੇ ਵੀ ਨਹੀਂ ਜਿੰਨੇ ਚੱਕੜੇ ਚੱਕ ਲੈ ਉਹਦਾ ਚੰਗੇ ਸੀ ਇਹ ਲੋਕ ਕੀ ਕਹਿਣਾ। ਤਾਂ ਅਸੀਂ ਫਿਰ ਲੈ ਸੌਦਾ ਆ ਜਾਣਾ। ਉਦੋਂ ਸਾਡੀਆਂ ਇੱਦਾਂ ਦੀਆਂ ਗੱਲਾਂ ਸੀ। ਪਹਿਲੀਆਂ 'ਚ ਬੇਈਮਾਨੀ ਹੈ ਦੋ ਹੈ ਨਾ, ਦੋ ਹੀ ਮੇਰੇ ਕੋਲ ਬੱਚੇ ਸੀ, ਦੋ ਲੜਕੀਆਂ ਦੋ ਹੀ ਬੱਚੇ ਸੀ ਮੇਰੇ ਕੋਲ ਬਸ। ਉਹ ਦੋ ਇੱਥੇ ਚੁੰਮੇ ਸੀ ਕੀ ਕਹਿੰਦੇ ਇੱਥੇ ਚੁੰਮੇ ਸੀ ਦੋਏ ਬੱਚੇ
तो एक नेस लगी इतने न्यू क्रॉस हॉस्पिटल पे लाख आए सी एक हैगी साइंस हैड टीचर जी उदो छोटी है जी उदो छोटी है वह हैगी बैंक च काम करती मिड शहर च एक ने एक ले गई है इदा मैनू की मतलब तुसी पूछना चाहते हो दस कोले केरे मौ केरे हिसाब तुसी आ से इस मौके सी 56 समय आए सी अंकल बनी पहले आए थे सी तुसी हां पहले काफी देर से आए हुए सी 6 साल पहले आए सी मैं बाहर चली सी फिर असी आए कैनक्रोड कैनक्रोड 449 ਉੱਥੇ ਰਹਿ ਕੇ ਅਤੇ ਫਿਰ ਮਤਲਬ ਹੋਰ ਵੀ ਲੋਜਰ ਰਹਿੰਦੇ ਹੁੰਦੇ ਸੀ ਉਸ ਘਰ ਦੇ ਵਿੱਚ ਮੈਂ ਵੀ ਰਹਿੰਦੀ ਸੀ ਉਹ ਮੇਰੇ ਹਸਬੈਂਡ ਦਾ ਹਾਊਸ ਸੀਗਾ ਅਤੇ ਉੱਥੇ ਅਕਸਰ ਕੁਛ ਪਰੇਸ਼ਾਨੀਆਂ ਜਿਹੀਆਂ ਹੋਣੀਆਂ ਕੁਛ ਪਰੇਸ਼ਾਨੀਆਂ ਵੱਲ ਪੁੱਛ ਸਕਦੇ ਕਿ ਹਾਂ ਹਾਂ ਪਰੇਸ਼ਾਨੀਆਂ ਕਿ ਵੀ ਇਸ ਤਰ੍ਹਾਂ ਅਕਸਰ ਰਹਿੰਦੇ ਹੁੰਦੇ ਸੀ ਬੜੀ ਪ੍ਰੋਬਲਮ ਜੀ ਸਾਡੇ ਨਾਲ ਹੁੰਦੀ ਹੁੰਦੀ ਸੀਗੀ ਕਿਉਂਕਿ ਮੈਂ ਇਕੱਲੀ ਔਰਤ ਸੀ ਉਹ ਯਾਰ ਲੜਕੇ ਸੀਗੇ ਮੈਂ ਵੀ ਯੰਗ ਸੀਗੀ ਅਤੇ ਉਹ ਬਸ ਇਸ ਤਰ੍ਹਾਂ ਹੀ ਪ੍ਰੋਬਲਮ ਹੋਣੀ ਕਦੇ ਕਿਸੇ ਨੇ ਸਾਡੇ ਸਾਲਨ ਬਣਾਉਣਾ ਕਿਸੇ ਨੇ ਸਾਲਨ ਚੋਰੀ ਕਰ ਲੈਣਾ ਜਾਂ ਕਿਸੇ ਨੇ ਦੁੱਧ ਹੋਣਾ ਤਾਂ ਦੁੱਧ ਚੁੱਕ ਲੈਣਾ ਅਤੇ ਬੜੀ ਪ੍ਰੋਬਲਮ ਜੀ ਹੋਣੀ ਮਤਲਬ ਅੱਗੇ ਰਿਵਾਜ਼ ਸੀਗਾ ਨਾ ਇੱਕ ਇੱਕ ਕਮਰੇ ਦੇ ਵਿੱਚ ਇੱਕ ਇੱਕ ਆਦਮੀ ਰੱਖ ਲੈਂਦੇ ਹੁੰਦੇ ਸੀਗੇ ਅਤੇ ਮੈਂ ਇੱਕ ਕਮਰੇ 'ਚ ਰਹਿੰਦੀ ਹੁੰਦੀ ਸੀਗੀ ਅਤੇ ਉਸ ਮਤਲਬ ਸਾਡਾ ਘਰ ਸੀਗਾ ਅਤੇ ਸਾਨੂੰ ਬੜੀ ਪਰੇਸ਼ਾਨੀ ਜੀ ਮੂਹਰੇ ਵੀ ਸੀ ਅਤੇ ਆਪਣੇ ਇੰਡੀਅਨ ਵੀ ਰਹਿੰਦੇ ਹੁੰਦੇ ਸੀਗੇ ਅਕਸਰ ਸਾਨੂੰ ਤੰਗ ਕਰਨਾ ਕਿ ਵੀ ਕਦੇ ਦੁੱਧ ਚੁੱਕ ਲੈਣਾ ਕਦੇ ਸਾਰੀ ਸਬਜ਼ੀ ਕਦੇ ਦਾਲ ਐਸਾ ਬਣਾ ਕੇ ਆਣੀ ਖਾਣੀ ਖਾ ਖੂ ਲੈਣੀ ਅਤੇ ਇਸ ਤਰ੍ਹਾਂ ਦੀ ਪ੍ਰੋਬਲਮ ਜੀ ਹੋਣੀ ਫਿਰ ਅਸੀਂ ਕਾਫੀ ਪ੍ਰੋਬਲਮ ਦੇ ਬਾਅਦ ਫਿਰ ਅਸੀਂ ਡੰਸਟਲ 56 ਡੰਸਟਲ ਰੋਡ 'ਚ ਆ ਗਏ ਫਿਰ ਉੱਥੇ ਆ ਕੇ ਆਪਣੇ ਸੈੱਟ ਹੋ ਗਏ ਫਿਰ ਅਸੀਂ ਫੈਮਿਲੀ ਅਸੀਂ ਮੈਂ ਸੀ ਮੇਰੇ ਬੱਚੇ ਸੀ ਜਦੋਂ ਮੈਂ ਆਈ ਸੀ ਮੇਰੇ ਦੋ ਬੇਟੀਆਂ ਸੀਗੀਆਂ ਉਹਦੇ ਬਾਅਦ ਫਿਰ ਮੇਰੇ 4 ਬੱਚੇ ਹੋਏ 6 ਬੱਚੇ ਮੇਰੇ ਹੁਣ ਮਾਸ਼ਾਅੱਲਾ ਬੜੇ ਜਵਾਨ ਸਾਰੇ ਪੜ੍ਹ ਲਿਖ ਕੇ ਅੱਛੇ ਹੋਏ ਹੁਣ ਕੋਈ ਪ੍ਰੋਬਲਮ ਨਹੀਂ ਹੈ ਹੋਰ ਤੁਸੀਂ ਮੈਨੂੰ ਕੀ ਦੱਸ ਸਕਦੇ ਹੋ ਜਦੋਂ ਤੁਸੀਂ ਪਹਿਲਾਂ ਆਏ ਸੀਗੇ ਕੀ ਤੁਹਾਡੀ ਕਿਹੜੀ ਐਕਸਪੀਰੀਅੰਸ ਸੀਗੀ ਹਾਂ ਇਹ ਹੈ ਕਿ ਵੀ ਪ੍ਰੋਬਲਮ ਇਹ ਹੁੰਦੀ ਸੀ ਕਦੇ ਇੰਨੀ ਮੈਟ੍ਰਿਕ 'ਤੇ ਕੀਤੀ ਹੋਈ ਸੀ ਉੱਥੇ ਅਤੇ ਇੰਨੀ ਇੰਗਲਿਸ਼ ਉੱਥੇ ਸਾਡੇ ਮੁੰਡਿਆਂ 'ਚ ਨਹੀਂ ਨਾ ਇੰਨੀ ਹੁੰਦੀ ਉਹਦੀ ਉਰਦੂ ਜਾਂ ਪੰਜਾਬੀ ਚੱਲਦਾ ਸੀਗਾ ਅਤੇ ਉਹ ਇੰਗਲਿਸ਼ ਵਗੈਰਾ ਦੀ ਪ੍ਰੋਬਲਮ ਜਿਹੀ ਹੋ ਜਾਣਾ ਇਸ ਤਰ੍ਹਾਂ ਦੀ ਅਤੇ ਹੋਰ ਕੋਈ ਖਾਸ ਇੰਨੀ ਪ੍ਰੋਬਲਮ ਤਾਂ ਹੋਈ ਨਹੀਂ ਕਿਉਂਕਿ ਮੇਰੇ ਹਸਬੈਂਡ ਕਾਫੀ ਕੰਮ ਕੁੰਮ ਕਰ ਲੈਂਦੇ ਹੁੰਦੇ ਸੀਗੇ ਉਹ ਵੀ ਇੰਗਲਿਸ਼ ਬੋਲਦੇ ਹਾਂਜੀ ਉਹ ਤਾਂ 6 ਸਾਲ ਦੇ ਇੱਥੇ ਪੜ੍ਹੇ ਲਿਖੇ ਗ੍ਰੈਜੂਏਟ ਸੀਗੇ ਉੱਥੇ ਪਾਕਿਸਤਾਨ ਦੇ ਵਿੱਚ ਹੈਗੇ ਸੀ ਪ੍ਰੈਸ ਬੋਰਡ ਫੋਟੋਗ੍ਰਾਫਰ ਸੀ ਤੁਹਾਨੂੰ ਜਿਹੜਾ ਲੈਂਗੁਏਜ ਅਲਾਓ ਇੰਨੀ ਤਕਲੀਫ ਨਹੀਂ ਸੀਗਾ ਕਿ ਤੁਹਾਡਾ ਆਦਮੀ ਜਿੱਦਾਂ ਹਾਂ ਮੈਨੂੰ ਇੰਨੀ ਪ੍ਰੋਬਲਮ ਨਹੀਂ ਸੀ ਹੋਈ ਉਹਦੇ ਬਾਅਦ ਫਿਰ ਮੇਰੀ ਬੱਚੀਆਂ ਜਵਾਨ ਹੋ ਗਈਆਂ ਉਹ ਕਾਫੀ ਹੈਲਪ ਮੇਰੀ ਕਰਨ ਲੱਗ ਪਈਆਂ ਹੁਣ ਥੋੜ੍ਹੀ ਬਹੁਤੀ ਜਸ ਨੂੰ ਉਹਦਾ ਹੋ ਗਿਆ ਹਾਂਜੀ ਨਾਟ ਵੈਰੀ ਮੈਂ ਪ੍ਰੋਬਲਮ ਨਹੀਂ ਇੰਨੀ ਮੈਨੂੰ ਹੋਈ ਕੋਈ ਵੈਸੇ ਮੇਰੇ ਹਸਬੈਂਡ ਨੂੰ ਬਚਪਨ ਤੋਂ ਸ਼ੌਕ ਸੀਗਾ ਉਹਨਾਂ ਦੀ ਮਦਰ ਦੱਸਦੇ ਨੇ ਸਾਡੇ ਰਿਲੇਸ਼ਨ ਸੀ ਨਾ ਉਹਨਾਂ ਨੇ ਇੰਗਲੈਂਡ ਦਾ ਸ਼ੌਕ ਸੀਗਾ ਉੱਥੇ ਕਾਫੀ ਸਾਡੀ ਪ੍ਰਾਪਰਟੀ ਸੀ ਕਾਫੀ ਅੱਛੇ ਸੀਗੇ ਵੈਲ ਅਪ ਸੀਗੇ ਮੇਰੇ ਹਸਬੈਂਡ ਪ੍ਰੈਸ ਫੋਟੋਗ੍ਰਾਫਰ ਸੀਗਾ ਇੱਥੇ ਦੀ ਉਹਨਾਂ ਕੋਲ ਹੈਗੀ ਸੀ ਕੰਪਨੀ ਕੋਟਕ ਦੀ ਫਿਲਮ ਦੀ ਉਦੋਂ ਉਹਨਾਂ ਦੇ ਕੋਲ ਹੁੰਦੇ ਸੀਗੇ ਅਤੇ ਇਹ ਡਿਲੀਵਰ ਕਰਦੇ ਸਾਰੇ ਕਾਫੀ ਅੱਧੇ ਪਾਕਿਸਤਾਨ 'ਚ ਇਹ ਡਿਲੀਵਰ ਕਰਦੇ ਹੁੰਦੇ ਸੀਗੇ ਅਤੇ ਵੈਸੇ ਸ਼ੌਕੀਆ ਤੌਰ 'ਤੇ ਆਏ ਕੋਈ ਇੰਨੀ ਪ੍ਰੋਬਲਮ ਨਹੀਂ ਸੀਗੀ ਪੈਸੇ ਦੀ ਜਾਂ ਕੁਛ ਐਸੀ ਕੋਈ ਪ੍ਰੋਬਲਮ ਨਹੀਂ ਨਹੀਂ ਮੈਂ ਹਕੀਕਤ ਦੱਸਣੀ ਗਲਤ ਬਿਆਨ ਨਹੀਂ ਕਰਨੀ ਹਕੀਕਤ ਕਰਨੀ ਚਾਹੀਦੀ ਹਾਂਜੀ ਠੀਕ ਹੈ ਨਾ ਹਾਂਜੀ ਬਸ ਆਂਟੀ ਜੀ ਤੁਸੀਂ ਇਹ ਤਾਂ ਸਾਰਿਆਂ ਨੂੰ ਪਤਾ ਵੀ ਇੰਡੀਆ 'ਚ ਗਰੀਬੀ ਬਹੁਤ ਆ ਹੈਂ ਜਦ ਇਹ ਮੁਲਕ ਖੁੱਲ੍ਹਿਆ ਤਾਂ ਹੈ ਨਾ ਪਾਸਪੋਰਟ ਮਿਲ ਗਿਆ ਸਾਨੂੰ ਫਿਰ ਪਹਿਲਾਂ ਬੰਦੇ ਆਏ ਸਾਡੇ ਬਾਅਦ ਫਿਰ ਸਾਨੂੰ ਮੰਗਾਇਆ ਇੱਦਾਂ ਇਹ ਇਸੇ ਕਾਰਨ ਆਏ ਅਸੀਂ ਵੀ ਰੋਟੀ ਚੰਗੀ ਖਾਈਏ ਹੈ ਨਾ ਕਿਉਂ ਕੁੜੇ ਇੱਦਾਂ ਹੀ ਹੈ ਨਾ ਇੱਦਾਂ ਹੀ ਆ ਬਸ ਹੈ ਨਾ ਹੁਣ ਇੱਥੇ ਇੱਦਾਂ ਦੀ ਇਹ ਦਾਦਣੀ ਜੇਲ੍ਹ ਆ ਮਿੱਠੀ ਨਿਕਲ ਨਹੀਂ ਹੁੰਦਾ ਹਾਂ ਬੁੱਢੇ ਹੋ ਗਏ ਤੁਸੀਂ
ਖਿਆਲ ਸੀ ਕਿ ਤੁਸੀਂ ਸੋਚਦੇ ਸੀ ਵੀ ਅਸੀਂ ਕਿਸੇ ਦਿਨ ਇੰਡੀਆ ਨੂੰ ਮੁੜ ਕੇ ਜਾਵਾਂਗੇ? ਉਦੋਂ ਕਿਤੇ ਸੋਚੀ ਸੀ ਕਹਿੰਦੇ ਉਹ ਕਹਿੰਦੇ ਵੀ ਜਦੋਂ ਆਏ ਹਾਂ ਤੁਸੀਂ ਉਦੋਂ ਕਿਤੇ ਸੋਚਦੇ ਸੀ ਵੀ ਤੁਸੀਂ ਇੰਡੀਆ ਮੁੜ ਕੇ ਜਾਵਾਂਗੇ? ਹਾਂ, ਮੈਂ ਤਾਂ ਕਹਿੰਦੀ ਸੀ ਸਾਡੇ ਕੋਲ 1,000 ਪਾਉਂਡ ਹੋ ਜਾਵੇ ਤਾਂ ਅਸੀਂ ਇੱਥੇ ਰਹਿਣਾ ਨੇ, ਵੀ 13,000 ਬਣ ਜਾਣਾ ਉੱਥੇ 13.25 ਤਾਂ ਹੈ ਨਾ, ਉਹ ਐਸੇ ਫਸੇ ਆ ਕੇ ਇੱਥੇ, ਬਸ ਜੀ ਇੱਕ ਨਿਆਣੇ ਜੰਮਦੇ ਰਹੇ, ਠੀਕ ਨਹੀਂ, ਨਿਆਣੇ ਜਦ ਹੁੰਦੇ ਰਹੇ ਨਿੱਕੇ 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 ਉਹ ਕਿਹੜਾ ਇੱਥੋਂ ਨਿਕਲ ਸਕਦਾ ਫਿਰ, ਇੱਦਾਂ ਆ ਹੁਣ ਤਾਂ ਆਪਣਾ ਘਰ ਵੀ ਨਹੀਂ ਹੈ ਇੰਡੀਆ 'ਚ, ਕੀ ਕਰੀਏ, ਇੱਥੇ ਜੋਗੇ ਹੀ ਹਾਂ। ਹੋਰ ਬਸ ਅਸੀਂ ਇੱਦਾਂ ਆਏ ਸੀ ਵੀ ਮਤਲਬ ਇਹ ਫੌਜੀ ਸੀਗੇ, ਇਹਨਾਂ ਨੂੰ ਇੱਥੋਂ ਬੁਕਚਰ ਅਪਲਾਈ ਹੋਇਆ ਸੀ ਅਤੇ ਉਹਦੇ ਜ਼ਰੀਏ ਇਹ ਇੱਥੇ ਆਏ ਸੀ, ਇਹਨਾਂ ਨੂੰ ਹਾਲੇ ਸਾਲ ਹੀ ਹੋਇਆ ਸੀ ਆਏ ਨੂੰ, ਫਿਰ ਮਗਰ ਇਹਨਾਂ ਨੇ ਸਾਨੂੰ ਬੁਲਾ ਲਿਆ ਕਿ ਸਾਡੇ ਕੋਲ ਫਿਰ ਉੱਥੇ ਕੁਛ ਕਹਿ ਨਹੀਂ ਸੀਗਾ, ਇਹਨਾਂ ਨੇ ਸਾਨੂੰ ਇੱਥੇ ਬੁਲਾ ਲਿਆ ਸੀ ਛੇਤੀ। ਅਕਸਰ ਲੋਕ ਜਿਹੜੇ ਪਹਿਲੇ ਆਏ ਹੋਏ 4-5 ਸਾਲ ਉਹਨੇ ਘਰ ਲਏ ਹੁੰਦੇ ਸੀਗੇ ਤੇ ਉਹ ਆਪਣੇ ਘਰ ਚ ਰਹਿਣਾ ਜਾਂ ਕੁਛ, ਫਿਰ ਉਹਦੇ ਬਾਅਦ ਹਾਂਜੀ ਇਸ ਲਈ ਪ੍ਰੋਬਲਮ ਇੰਨੀ ਨਹੀਂ ਉਹਨਾਂ ਲੋਕਾਂ ਨੇ ਇੰਨੀ। ਟੀਚਰਾਂ ਨਾਲ ਵੀ ਗੱਲਬਾਤ ਬੜੀ ਮੁਸ਼ਕਿਲ ਹੁੰਦੀ ਸੀ, ਬਾਤ ਸਾਨੂੰ ਆਉਂਦੀ ਨਹੀਂ ਸੀ, ਕੰਮ ਤੇ ਅਸੀਂ ਨਹੀਂ ਸੀ ਕਿਤੇ ਜਾ ਸਕਦੇ, ਗੋਰਿਆਂ ਦੀਆਂ ਫੈਕਟਰੀਆਂ 'ਚ ਨਹੀਂ ਸੀ ਲੱਗ ਸਕਦੇ ਕਿਉਂ, ਸਾਨੂੰ ਬਾਤ ਕੋਈ ਨਹੀਂ ਸੀ ਆਉਂਦੀ, ਫਾਰਮ ਸਾਨੂੰ ਨਹੀਂ ਸੀ ਭਰਨਾ ਹੁੰਦਾ। ਤੇ ਇੱਕ ਜਗ੍ਹਾ 'ਤੇ ਅਸੀਂ ਗਏ ਤਾਂ ਮੇਰੇ ਨਾਲ ਮੇਰੀ ਫਰੈਂਡ ਕਹਿੰਦੀ ਚੱਲ ਵੀ ਆਪਾਂ ਕੰਮ 'ਤੇ ਚੱਲੀਏ, ਪਾਰਟ ਟਾਈਮ ਕਿਤੇ ਲੱਗੀਏ, ਅਸੀਂ ਗਏ ਪਾਰਟ ਟਾਈਮ, ਉਹ ਕਹਿਣ ਤੁਸੀਂ ਫੁੱਲ ਟਾਈਮ ਆ ਜਾਓ, ਅਤੇ ਅਸੀਂ ਫੁੱਲ ਟਾਈਮ ਜਾ ਨਹੀਂ ਸਕਦੇ, ਬੱਚੇ ਸਾਡੇ ਛੋਟੇ ਛੋਟੇ ਸੀਗੇ, ਉਹ ਕਹਿੰਦੇ ਅਸੀਂ ਫੁੱਲ ਟਾਈਮ ਰੱਖਣਾ, ਤੁਸੀਂ ਫੁੱਲ ਟਾਈਮ ਹੁਣ ਇੱਥੇ ਰਹਿ ਪਵੋ, ਅਤੇ ਅਸੀਂ ਕਹਿੰਦੇ ਫੁੱਲ ਟਾਈਮ ਪਾਰਟ ਟਾਈਮ ਜਾਂ ਫਿਰ ਛੋਟੇ ਛੋਟੇ ਬੱਚੇ ਛੱਡ ਕੇ ਅਸੀਂ ਕਿਸੇ ਪਾਸੇ ਜਾ ਨਹੀਂ ਸਕਦੇ, ਉਦੋਂ ਆਦਮੀ ਕੰਮ ਕਰਦੇ ਸੀਗੇ, ਫਿਰ ਘਰ ਦਾ ਹੀ ਸੰਭਾਲੀਦਾ ਸੀ, ਬੱਚਿਆਂ ਦਾ ਸੰਭਾਲ ਲੈਣਾ, ਫਿਰ ਸ਼ੋਪਿੰਗ ਦਾ ਬੜੀ ਮੁਸ਼ਕਿਲ ਹੁੰਦੀ ਸੀ ਉਹਨਾਂ ਦਿਨਾਂ 'ਚ, ਫਿਰ ਇੱਦਾਂ ਸੀ ਗਰੋਸਰੀ ਵਾਲਾ ਘਰ ਆ ਜਾਂਦਾ ਸੀਗਾ ਪੰਜਾਬੀ, ਉਹਨੂੰ ਫਿਰ ਲਿਖ ਕੇ ਚੀਜ਼ਾਂ ਦੇ ਦੇਣੀਆਂ ਤਾਂ ਉਹਨੇ ਫਿਰ ਉਹ ਲਿਖ ਕੇ ਜਾਣੀਆਂ ਲੈ ਆਉਣੀਆਂ ਅਤੇ ਪੈਸੇ ਲੈ ਘਰ ਛੱਡ ਪੰਜਾਬੀ ਬੰਦਾ ਇੱਦਾਂ ਲੱਭਿਆ ਸੀ ਸ਼ੋਪਾਂ ਤੇ ਜਦੋਂ ਜਾਈਦਾ ਸੀ ਤੇ ਸਾਨੂੰ ਫਿਰ ਆਪਣੇ ਲੋਕਾਂ ਦੀਆਂ ਕਈ ਸ਼ੋਪਾਂ ਸਹੀਆਂ, ਜਦੋਂ ਅਸੀਂ ਜਾਣਾ ਫਿਰ ਮਤਲਬ ਚੀਜ਼ਾਂ ਸਬਜ਼ੀ ਸੁਬਜ਼ੀ ਦੇਖਣੀ ਜਾਂ ਕੋਈ ਚੀਜ਼ ਲਿਆਉਣੀ ਉੱਥੇ ਫਿਰ ਸਾਨੂੰ ਜਾਣੀ ਇੱਦਾਂ ਫਿਰ ਦੁਕਾਨ ਹੈਗੀ ਆ ਅਤੇ ਤੁਸੀਂ ਉਹਨਾਂ ਨੂੰ ਡੀਲ ਕਰੋ ਅਤੇ ਤੁਹਾਨੂੰ ਉਹ ਚੀਜ਼ਾਂ ਤੁਹਾਨੂੰ ਘਰ ਛੱਡ ਕੇ ਜਾ ਪਾ ਘਰ ਛੱਡ ਦਿੰਦੇ ਸੀ, ਇਸ ਕਰਕੇ ਬੁੱਕ ਦਿੱਤੀ ਸੀ ਲਿਖ ਕੇ ਦੇ ਦੇਣੀਆਂ ਚੀਜ਼ਾਂ ਇੱਦਾਂ ਹੈ ਨਾ, ਆ ਕੇ ਲਿਖਾ ਜਾਂਦੇ ਸੀ ਨਾ, ਕੱਪੜਾ ਮਿਲਦਾ ਸੀ ਇੱਥੋਂ ਨਾ ਕੋਈ ਸਬਜ਼ੀ ਭਾਜੀ ਮਿਲਦੀ ਸੀਗੀ, ਤਾਂ ਫਿਰ ਮੋਹਰਾਂ ਵਾਲਿਆਂ ਦੇ ਸੀਗੇ ਦੁਕਾਨ, ਉਹ ਉੱਧਰ ਜਾਈਏ ਜਦੋਂ ਹੈ ਨਾ ਬਿਲਣਹਾਰ ਰੋਡ ਦੇ ਉੱਤੇ, ਉੱਥੋਂ ਫਿਰ ਖੁੱਲ੍ਹੀ ਹੋਈ ਉਹਨੀ ਖੋਲ੍ਹੀ ਦੁਕਾਨ, ਦੋ ਭਰਾ ਹੋਏ ਉੱਥੋਂ, ਫਿਰ ਬਤਾਊ ਹੈ ਨਾ ਟੀਂਡੇ, ਫਿਰ ਥੋੜ੍ਹੀ ਥੋੜ੍ਹੀ ਲਾਪੇ ਮੰਗਾਉਣ ਸਬਜ਼ੀ ਹਰੀਆਂ ਮਿਰਚਾਂ ਇੱਦਾਂ, ਤਾਂ ਫਿਰ ਲਾਪੀਆਂ ਲਿਆ ਹੈ ਨਾ, ਬੋਲਣ ਦੇ ਦੁੱਖੋਂ ਇੱਦਾਂ ਜਿਹੜੀ ਅਨਪੜ੍ਹਤੀ ਹੈ ਤਾਂ ਨਿਰੀ ਬਾਂਦਰ ਨਿਰੇ ਬਾਂਦਰ ਇੱਦਾਂ ਅਸੀਂ ਅਸੀਂ ਹੋਰ ਕੌਣ ਅਸੀਂ, ਇਹ ਤਾਂ ਪੜ੍ਹੇ ਲਿਖੇ ਸੀਗੇ ਮੈਂ ਤਾਂ ਗਈ ਸੀ ਜਿਹੜੀ ਜੈਨ ਹੈਗੀ ਸੀ ਨਾ ਮਤਲਬ ਟੀਚਰ, ਉਹਨਾਂ ਨੇ ਸਾਨੂੰ ਥੋੜ੍ਹਾ ਬਹੁਤਾ ਦੱਸਿਆ
ਪੜ੍ਹਾਇਆ ਸਾਨੂੰ, ਜਿੱਦਾਂ ਫਿਰ ਮੁਸ਼ਕਿਲ ਪੇਸ਼ ਆਉਂਦੀ ਸੀ ਜਦੋਂ ਹੋਸਪਿਟਲ ਜਾਣਾ ਪੈਂਦਾ ਸੀ ਮੈਨੂੰ, ਫਿਰ ਚੀਜ਼ਾਂ ਬਾਰੇ ਉਹਨਾਂ ਸਾਰਾ ਦੱਸਿਆ ਵੀ ਤੁਸੀਂ ਆਹ ਚੀਜ਼ ਦਾ ਆਹ ਨਾ ਆਇਆ ਸੀ, ਆਹ ਨਾ ਆਇਆ ਸੀ, ਆਹ ਨਾ ਆਇਆ ਤੁਸੀਂ ਵੀ, ਤਾਂ ਫਿਰ ਅਸੀਂ ਸਾਰੀਆਂ ਚੀਜ਼ਾਂ ਸਿੱਖੀਆਂ, ਨਾ ਸਿੱਖੇ ਫਿਰ ਫਿਰ ਸਾਨੂੰ ਮੁਸ਼ਕਿਲ ਹੋਸਪਿਟਲ ਫਿਰ ਬਸ ਘਰ ਹੁਣ ਦੁਨੀਆਂ ਨੂੰ ਵੀ ਆਉਣਾ ਬਿਊਟੀਫੁਲ ਹੋ ਗਿਆ ਨਹੀਂ ਠੀਕ ਸੀਗਾ ਜਿਸ ਮੁਲਕ 'ਚ ਰਹਿੰਦੇ ਤੇ ਉਹ ਠੀਕ ਹੀ ਸੀਗਾ, ਪਰ ਹੁਣ ਜ਼ਿਆਦਾ ਅੱਛਾ ਬਣ ਲੱਗਦਾ ਤੁਸੀਂ ਜਿੱਦਾਂ ਬੱਸ ਫੜਨੀ ਹੋਵੇ ਜਾਂ ਤੁਹਾਨੂੰ ਕੋਈ ਹੋਰ ਸਰਵਿਸ ਚਾਹੀਦਾ ਹੋਵੇ ਕੀ ਤੁਹਾਨੂੰ ਬੱਸ ਤੇ ਪੜ੍ਹ ਲਈ ਦੇ ਨੰਬਰ ਪੜ੍ਹ ਲਈ ਦੇ ਨਾ ਨਹੀਂ ਮੈਨੂੰ ਤੇ ਪੜ੍ਹਨਾ ਆਉਂਦਾ ਮੁਸ਼ਕਿਲ ਸੀ ਨਾ ਫਿਰ ਸਾਨੂੰ ਔਖਾ ਸੀ ਨਹੀਂ ਮੇਰਾ ਤਾਂ ਆਪ ਹੀ ਪੜ੍ਹਿਆ ਜਾਣਾ ਬਾਹਰ ਤੱਕ ਕਿਸੇ ਨਾਲ ਲੈ ਕੇ ਜਾਈਦਾ ਸੀ ਨਹੀਂ ਮੈਂ ਤੇ ਬੱਸਾਂ ਦੇ ਨੰਬਰ ਤੇ ਬੰਦੇ ਹੋਰ ਭਾਵੇਂ ਲੰਡਨ ਤਾਂ ਫਿਰ ਇਹ ਸਭ ਤੋਂ ਮੁਸ਼ਕਿਲ ਇਹ ਤਾਂ ਸਾਡੇ ਤਾਂ ਚਾਰ ਜਵਾਨਾਂ ਜਾਣਦਾ ਹੈ ਇਹ ਪੜ੍ਹੇ ਲਿਖੇ ਸੀਗੇ ਅਸੀਂ ਸੀ ਅਨਪੜ੍ਹ ਹਮ ਜੀ ਤਾਂ ਤੁਹਾਡੇ ਨਾ ਅੱਜ ਕੱਲ੍ਹ ਤੁਹਾਡੇ ਲਈ ਆਪਣੀਆਂ ਗੱਲਾਂ ਬਾਤਾਂ ਕਰਦੇ ਆ ਤਾਂ ਘਰਾਂ ਨੂੰ ਚਲੇ ਜਾਂਦੇ ਆ ਠੀਕ ਹੈ ਟਾਈਮ ਪਾਸ ਹੁੰਦਾ ਹੈ ਉਦੋਂ ਤਾਂ ਸਾਰਾ ਸਾਰਾ ਦਿਨ ਘਰ ਬੈਠੇ ਰਹਿਣਾ ਆ ਗਈਆਂ ਨੇ ਕੰਮ ਬੰਦੇ ਕੰਮ ਤੇ ਵੀ ਨਹੀਂ ਸੀ ਜਾਣ ਦਿੰਦੇ ਪਤਾ ਉਦੋਂ ਜਦੋਂ ਬੱਚੇ ਵੱਡੇ ਹੋ ਗਏ ਸੀ ਫਿਰ ਮੈਂ 11 ਸਾਲ ਕੰਮ ਕੀਤਾ ਫਿਰ ਪੈਨਸ਼ਨ ਮੈਂ ਕਰਦੀ ਹੁੰਦੀ ਸੀ ਰਿਲਾਇੰਸ ਇਲੈਕਟ੍ਰਿਕ ਪਲੇਟਿੰਗ ਕੰਪਨੀ 'ਚ ਉਹ ਖਤਮ ਹੋ ਗਈ ਛੱਡਿਆ ਉੱਥੇ ਹਾਂਜੀ ਛੋਟੀ ਜਿਹੀ ਫੈਕਟਰੀ ਸੀ 11 ਸਾਲ ਮੈਂ ਗੋਰੇ ਸੀਗੇ ਹਾਂ ਬਿਲਕੁਲ ਠੀਕ ਸੀ ਕੋਈ ਕਿਸੇ ਦਾ ਨਹੀਂ ਪ੍ਰੋਬਲਮ ਨਹੀਂ ਸੀ ਫਿਰ ਅਸੀਂ ਨਾ ਬੈਰਨ ਰੋਡ 'ਚ ਮੂਵ ਹੋਏ ਜਦੋਂ ਵੀ ਮੇਰੀਆਂ ਗੋਰੀਆਂ ਤਿੰਨ ਫਰੈਂਡਾਂ ਬਣੀਆਂ ਤਿੰਨ ਫਰੈਂਡਾਂ ਬਣ ਗਈਆਂ ਤਾਂ ਉਹਨਾਂ ਨੇ ਨਾ ਟਿਊਜ਼ਡੇ ਵਾਲੇ ਦਿਨ ਉਹਨਾਂ ਨੇ ਵੀ ਰੱਖ ਲਿਆ ਵੀ ਇੱਕ ਦਿਨ ਚਾਹ ਤੇਰੇ ਘਰ ਪੀਣੀ ਇੱਕ ਦਿਨ ਮੇਰੇ ਘਰ ਪੀਣੀ ਇੱਕ ਦਿਨ ਜਾਣੀ ਉਹਦੇ ਘਰ ਸਾਡਾ ਫਿਰ ਨਾ ਕਈ ਚਿਰ ਮਤਲਬ ਚੱਲਦਾ ਰਿਹਾ ਫਿਰ ਉਹਦੇ 'ਚੋਂ ਇੱਕ ਦੀ ਡੈਥ ਹੋ ਗਈ ਅਤੇ ਦੂਸਰੀ ਜ਼ਿਆਦਾ ਸਿਆਣੀ ਹੋ ਗਈ ਅਤੇ ਫਿਰ ਜਾਣੀ ਇੱਦਾਂ ਸਾਨੂੰ ਫਿਰ ਬਹੁਤ ਜਾਣੀ ਉਹਨਾਂ ਕੋਲੋਂ ਵੀ ਸਾਨੂੰ ਫਿਰ ਕਈਆਂ ਚੀਜ਼ਾਂ ਦਾ ਪਤਾ ਲੱਗਦਾ ਸੀ ਇੱਕ ਨੈਪੇ ਰੋਡ ਦੀ ਬੈਰਨ ਰੋਡ ਨਾਲ ਹੀ ਅਸੀਂ ਪਹਿਲਾਂ ਨੈਪੇ ਰੋਡ 'ਚ ਸੀ ਫਿਰ ਬੈਰਨ ਰੋਡ 'ਚ ਮੂਵ ਹੋ ਗਏ ਜਦੋਂ ਫਿਰ ਸਾਨੂੰ ਜ਼ਿਆਦਾ ਹੀ ਗੋਰੀ ਤਾਂ ਲੱਭ ਗਈ ਨਾ ਅਤੇ ਜਿਹੜੀਆਂ ਮੇਰੀਆਂ ਤਿੰਨ ਫਰੈਂਡਾਂ ਸੀ ਗੋਰੀਆਂ ਉਹ ਇੰਨੀਆਂ ਚੰਗੀਆਂ ਸੀ ਕਿ ਸਾਡੇ ਮਾਂ ਬਾਪ ਨਾਲੋਂ ਵੀ ਚੰਗੀਆਂ ਸੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਾਂ ਨਹੀਂ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ ਕੁਛ ਇਨਸਾਨ ਅਸੀਂ ਵੀ ਬੁਰੇ ਹਾਂ ਅੱਛੇ ਵੀ ਨੇ ਇਸ ਤਰ੍ਹਾਂ ਇੰਗਲਿਸ਼ ਵੀ ਅੱਛੇ ਨੇ ਮੋਸਟਲੀ ਉਸ ਜ਼ਮਾਨੇ ਦੇ ਵਿੱਚ ਮੇਰੇ ਦੇਖਣ ਦੀ ਗੱਲ ਹੈ ਕਿ ਵੀ ਬੜੇ ਹਮਦਰਦ ਹੁੰਦੇ ਸੀਗੇ ਅੱਛੇ ਹੁੰਦੇ ਸੀਗੇ ਸਭ ਸ਼ੋਪਿੰਗ ਕਰਾਉਣੀ ਬੱਚਿਆਂ ਦੇ ਨਾਲ ਬੜਾ ਟ੍ਰੀਟਮੈਂਟ ਬੜਾ ਰਿਲੇਸ਼ਨਸ਼ਿਪ ਗੁੱਡ ਹੁੰਦਾ ਸੀਗਾ
उन्होंने बरात दी बन दया सोगटा जी मशीन सारा दिन है ना किया 6 महीने सिर्फ 6 महीने काम किया कितने सी फैक्ट्री डेडली असी जिदियाँ दो भैन सी सहेलियाँ सहेलियाँ पहला वो लगी मगन मिल वाता उत्थे थोड़ा चेर फिर किया उतो फैक्ट्री चुक हो गई 12वीं काम चली गए बस फिर हट गया फिर मुड़ के नहीं किया फिर कहते कहते सह रोज कहते सहन करके जाया कर दादे मर गया है ना रोज ही जाना है इतने भैन फिर मैं हट गई बिच मैं नहीं करनी फिर जो रिटायर हो गया मिलने लग पाए पैसे फिर चिट्ठिया लापिया आने आपे ही पाने लग पे उदा इस गल लोग चंगे है ना हूँ मिलते 30 पाउंड महीने बीकते बथेरे आने बहुत मुकते नहीं70 ते मगरों स्टार्ट होया नहीं 35 नहीं थोड़े हुए आ थोड़े हुए जिदा मुंडा मेरा छोटा 5-6 साल का सी हूँ वह 33-34 साल का आ मैं हूँ बड़ा भी रिटायर है मैं भी रिटायर हो गया है ना हाँ दो पैनियां मैं बुद्धे बना दिया कहना इन्हे 5-7 ਮਾੜਾ ਇੱਦਾਂ ਦੇ ਕਮਲੇ ਆ ਕਮਲੇ ਨਹੀਂ ਹੈਗੇ ਤੁਸੀਂ ਇਹ ਨਾ ਕਹੋ ਵੀ ਇਹ ਕਮਲੇ ਆ ਬਹੁਤ ਵਧੀਆ ਨੱਚਣਾ ਮੈਂ ਕਹਿੰਦਾ ਦੱਸਤਾ ਉੱਤੇ 5 ਪਹਿਰੀਆਂ ਦਾ ਸਟੰਪ ਲਾਤਾ ਕੰਜਰੋ ਮੈਨੂੰ ਦੇ ਦਿਓ फिर कुछ बताए है ना फिर बताए 7 पैनियां की फिर चिट्ठी आई मैं कहना दाता है कम हम जो बधाते हैं ना 10 शिलिंगा 20 शिलिंगा उदो ही चिट्ठी आ जाती है मैं उदा ही लिख दिया कहना भी है ना ऐसे हो गया उदो ही चिट्ठी आ जाती है किन्ने मिलते हैं ਹੁਣ ਤਾਂ ਬਥੇਰੇ ਆ ਹੁਣ 30 ਪਾਉਂਡ ਵਿੱਚੇ ਰਲਾ ਮਿਲਾ ਕੇ ਠੀਕ ਆ ਹੁਣ ਅੱਜ ਚਿੱਠੀ ਆਈ ਕਹਿੰਦੇ ਹੋਰ ਵਧਾਉਣੀਆਂ ਖਾਣੀ 5-7 ਪੈਨੀਆਂ ਮੈਂ ਕਿਹਾ ਚੱਲ ਠੀਕ ਜਦੋਂ ਆਪਾਂ ਕਹਿੰਦੇ ਚਿੱਠੀ ਆਈ ਮੈਂ ਕਹਿ ਦੇ ਕਹਿੰਦਾ ਆ ਗਏ ਤੇਰੇ ਪੈਸੇ ਵਧ ਮੈਂ ਕਿੰਨੇ ਕੁ ਕਹਿੰਦਾ ਥੋੜ੍ਹਾ ਹੀ ਆ ਮੈਂ ਕਿਹਾ ਚੱਲ ਇੰਨੇ ਬਹੁਤ ਆ ਕੀ ਕਰਨਾ ਬੇ ਫਿਰ ਜਦੋਂ ਮਿਲਣੇ ਹੀ ਆ ਨਣਾਨ ਦੇ ਪੋਤੇ ਦਾ ਵਿਆਹ ਆ ਅਸੀਂ ਲੀੜੇ ਕੱਢ ਕੇ ਰੱਖਣੇ ਆ ਜੋੜਨੇ ਜਿੱਦਾਂ ਬਾਬੇ ਨੂੰ ਬਹੁਤ ਮੰਨੀ ਦਾ ਆ ਤਾਂ ਫਿਰ ਤੁਹਾਨੂੰ ਜਿਹੜਾ ਇੱਥੇ ਇੰਨੇ ਜਿਹੜਾ ਮਤਲਬ ਮਾਸਕ ਜਾਂ ਗੱਲਬਾਤ ਇੱਥੇ ਇੰਨੇ ਹੈਗੇ ਸੀ ਉਦੋਂ ਹਨਾ ਤਾਂ ਫਿਰ ਉਹ ਜਿਹੜਾ ਗੱਲਾਂ ਕਰਨੀ ਉਹ ਤੁਹਾਨੂੰ ਕੀ
ਉਦੋਂ ਕੋਈ ਗੁਰਦੁਆਰਾ ਕੁਛ ਨਹੀਂ ਸੀ ਹਾਂਜੀ ਉਹਦੇ ਨਾਲ ਗੱਲ ਕਰਿਓ ਗੁਰਦੁਆਰੇ ਤਾਂ ਹੁਣੇ ਹੀ ਘਰ ਘਰ ਗੁਰਦੁਆਰੇ ਬਸ ਕਿਤੇ ਉੱਥੇ ਜਾਣਾ ਅੱਬਲ ਤਾਂ ਜਾ ਹੀ ਨਹੀਂ ਸੀ ਉਹਨਾਂ ਬੱਚਿਆਂ ਦੇ ਨਾਲ ਕਿਤੇ ਵੀ ਜਦੋਂ ਕਿਤੇ ਜਾਣਾ ਤੇ ਬਸ ਉੱਥੇ ਜਾਣਾ ਉੱਥੇ ਗਏ ਵੀਕ ਬਾਅਦ ਕੋਈ ਮੰਦਰ ਵੀ ਹੈ ਨਹੀਂ ਸੀ ਕੋਈ ਅਸੀਂ ਦੇਖਿਆ ਨਹੀਂ ਸੀ ਹੁਣ ਤਾਂ ਇੱਥੇ ਜਿੰਨੇ ਮਰਜ਼ੀ ਮੰਦਰ ਹੈਗੀ ਸੀ ਇੱਕ ਇੱਥੇ ਵੀ ਸੀਗੀ ਵਾਟਰ ਰੋਡ ਛੋਟੀ ਜਿਹੀ ਗੰਦੀ ਸੀਗੀ ਅਤੇ ਉਹ ਤਾਂ ਆਪਸ ਮੇਰਾ ਖਿਆਲ ਤਾਂ ਬਾਅਦ 'ਚ ਬਣੀ ਸੀ ਉਹ ਨਹੀਂ ਕਾਫੀ ਦੇਰ ਦੀ ਅਜੇ ਹੁਣ ਬਣੀ ਉਹ ਹੁਣ ਹੈਗੀ ਜਦੋਂ ਅਸੀਂ ਆਏ ਨਾ ਹੋਰ ਇੰਨੀ ਹੈ ਨਹੀਂ ਸੀਗੀ ਹੁਣ ਤੇ ਜਗ੍ਹਾ ਜਗ੍ਹਾ ਮਸਜਿਦਾਂ ਵੀ ਬਣ ਗਈਆਂ ਮੰਦਰ ਗੁਰਦੁਆਰੇ ਉੱਥੇ ਵਾਟਰ ਰੋਡ ਜੇ ਅਸੀਂ ਘਰ 'ਚ ਗਏ ਨਾ ਇਸ ਤਰ੍ਹਾਂ ਹੈਗੀ ਸੀ ਮਦਰਸ ਕੀ ਜੀ ਹੁਣ ਤਾਂ ਉਰੇ ਬੰਦ ਹੀ ਪਈ ਹੈ ਅਤੇ ਬਸ ਅਸੀਂ ਉੱਥੇ ਜਾਂਦੇ ਹੁੰਦੇ ਸੀ ਇੱਕ ਦਿਨ ਤਾਂ ਹੋਣਾ ਸੀ ਛੁੱਟੀ ਦਾ ਫੇਰ ਕਹਿਣਾ ਚਲੋ ਸਫਾਈ ਕਰ ਲਓ ਜਾਂ ਕਿਤੇ ਜਾਣਾ ਜਾਂ ਕਿਸੇ ਦੇ ਕਿਤੇ ਜਾਣਾ ਹੋਵੇ ਤਾਂ ਚੱਲ ਜਾਣਾ ਜਾਂ ਨਹੀਂ ਤਾਂ ਨਹੀਂ ਘਰੇ ਅਤੇ ਅਸੀਂ ਅਕਸਰ ਫਰਾਈਡੇ ਨੂੰ ਮਤਲਬ ਜਾਣਾ ਹਾਂ ਛੋਟੇ ਬੱਚੇ ਹੁੰਦੇ ਸੀ ਭਰਾ ਜਦੋਂ ਆਉਣਾ ਕਿਤੇ ਇੱਥੇ ਵੀ ਬਣ ਰਹੀ ਬਹੁਤ ਜ਼ਿਆਦਾ ਹੁਣ ਹੋ ਗਈ ਹਨ ਕਈ ਕਿਸਮ ਦੇ ਮੁਸਲਮਾਨਾਂ ਦੀ ਵੀ ਕਈ ਕੁਆਲਿਟੀਆਂ ਨੇ ਨਾ ਕੋਈ ਸ਼ੀਆ ਏ ਕੋਈ ਐਮ ਡੀ ਏ ਕੋਈ ਸੁੰਨੀ ਏ ਕੋਈ ਵਹਾਬੀ ਏ ਉਹਨਾਂ ਦੀ ਅਲੱਗ ਅਲੱਗ ਮਸਜਿਦਾਂ ਨੇ ਆਪਣੇ ਲੋਕ ਹੈ ਨਹੀਂ ਸੀ ਹੁਣ ਤਾਂ ਤੁਸੀਂ ਕਹਿ ਲਓ ਆਪਣਾ ਹੀ ਬਣਾਇਆ ਸਮਝ ਲਓ ਕਿਤੇ ਟਾਵਾਂ ਹੀ ਮਿਲਦਾ ਹੁੰਦਾ ਸੀ ਸਿੰਘਣੀਆਂ ਨੇ ਜ਼ੋਰ ਲਾ ਤੇ ਪੈਸੇ ਚੜ੍ਹਾਉਣ ਨੂੰ ਦੇਖ ਲਾ ਕਿੱਦਾਂ ਮਾਰ ਤਾਂ ਪਤਾ ਨਹੀਂ ਲੱਗਦਾ ਕਿੱਥੇ ਗੁਰਦੁਆਰੇ ਇੱਥੇ ਪੰਜ ਪੌਂਡ ਲਾਇਆ ਸੀ ਘਰ ਪਰਤੀ ਕਿੱਥੇ ਠਾਠ ਗੁਰਦੁਆਰੇ ਪੰਜ ਲੈਂਦੇ ਸੀਗੇ ਹਾਰ ਪੀਕ ਕੇ ਇੱਕ ਘਰ 'ਚ ਤਾਂ ਫਿਰ ਹੈ ਨਾ ਬੁੜੀਆਂ ਚੁੜ ਚੁੜ ਲੱਗ ਪਈਆਂ ਕੰਨ ਹੈ ਨਾ ਅਤੇ ਬੁੜੀਆਂ ਮੁਸ਼ਕਿਲ ਪੈਸੇ ਛੱਡਦੀਆਂ ਹੈ ਨਾ ਅਤੇ ਹੁਣ ਤਾਂ ਨਹੀਂ ਪਤਾ ਹੁਣ ਸੀ ਕੋਲ ਪੁੱਛੂ ਮੈਂ ਉਹ ਦੱਸਦੀ ਹੁੰਦੀ ਹੈ ਫਾਇਦਾ ਇਹੋ ਹੀ ਆ ਵੀ ਆ ਕੇ ਬਹਿ ਕੇ ਇੱਕ ਦੂਜੇ ਨਾਲ ਮਿਲ ਵਰਤ ਲਈਦਾ ਗੱਲਾਂ ਬਾਤਾਂ ਕਰ ਲਈਦੀਆਂ ਦੁੱਖ ਸੁੱਖ ਕਰ ਲਈਦਾ ਆ ਇੱਕ ਦੂਜੇ ਦੇ ਮੂੰਹ ਤੂੰ ਲੱਗੀਦਾ ਆ ਆਹ ਫਾਇਦਾ ਆ ਹੋਰ ਕੁਛ ਨਹੀਂ ਘਰਾਂ 'ਚ ਜਾ ਨਹੀਂ ਹੁੰਦਾ ਘਰਾਂ 'ਚ ਫਿਰ ਮਿਲਣ ਨਹੀਂ ਜਾ ਮਿਲਣਾ ਜਾ ਨਹੀਂ ਹੁੰਦਾ ਕਿ ਇੱਕ ਅਲੱਗ ਅਲੱਗ ਕਿਸੇ ਦੇ ਘਰ ਜਾਵੇ ਅਤੇ ਸਾਰੀਆਂ ਇਕੱਠੀਆਂ ਹੁੰਦੀਆਂ ਗੱਪ ਸ਼ੱਪ ਮਾਰ ਲਈ ਦੀ ਕੋਈ ਹਾਲ ਦਿਲ ਕੋਈ ਸੁਣ ਲਈਦਾ ਕੋਈ ਸੁਣਾ ਲਈ ਜੇ ਕਮਿਊਨਿਟੀ ਸੈਂਟਰ ਇੱਥੇ ਨਾ ਹੋਵੇ ਤੁਹਾਨੂੰ ਵੀ ਔਖਾ ਹੋਣਾ ਆ ਔਖਾ ਹੋਣਾ ਫਿਰ ਅਗਲੇ ਦੇ ਘਰ ਚੱਲ ਕੇ ਜਾਵਾਂਗੇ ਬੜਾ ਮੁਸ਼ਕਿਲ ਹੋ ਜਾਂਦਾ ਮੁਸ਼ਕਿਲ ਹੁੰਦਾ ਆ ਹੋਰ ਕੀ ਫਿਰ ਇੱਕ ਨੂੰ ਹੀ ਮਿਲ ਸਕਦੇ ਇੱਥੇ ਸਾਰਿਆਂ ਨੂੰ ਮਿਲ ਲਈਦਾ ਮਤਲਬ ਗੁਰਮੀਤ ਕੌਰ ਕਈ ਵਾਰੀ ਕਿਸੇ ਹੋਲੀਡੇ ਤੇ ਜਾਣਾ ਬੁੱਕ ਕਰ ਲੈਣਾ ਜੇ ਤੁਸੀਂ ਕੋਈ ਚਿੱਠੀ ਬਣਾਉਣੀ ਹੋਵੇ ਤਾਂ ਹਾਂ ਉਹਦੇ ਕੋਲ ਕਰਾ ਸਕਦੇ ਆ ਕੋਈ ਕੰਮ ਆਇਆ ਜਾਂ ਕੋਈ ਕਰਾਉਣ ਵਾਲਾ ਆ
ਉਹ ਕਰਦੀ ਆ ਸਾਰਿਆਂ ਨਾਲ ਸਭ ਕੋਈ ਐਡਵਾਈਸ ਹੋਵੇ ਕੁਝ ਐਡਵਾਈਸ ਦਿੰਦੀ ਬੜੀ ਹਮਦਰਦ ਹੈ ਦਿਲੋਂ ਜਾਨ ਨਾਲ ਸਾਡੇ ਨਾਲ ਕਰਦੀ ਬਹੁਤ ਹੀ ਅੱਛੀ ਲੱਗਦੀ ਕਿੰਨੇ ਕਿੰਨੇ ਸਾਲ ਹੋਏ ਤੁਹਾਨੂੰ ਤੁਹਾਨੂੰ ਇੱਥੇ ਹੋ ਗਿਆ ਇਕੱਲੀ ਇਕੱਲੀ ਇੱਕ ਮਿੰਟ ਮੈਨੂੰ ਤਾਂ ਸਿਰਫ 2 ਸਾਲ ਹੋਏ ਆ ਗੌਤਮ ਬੁੱਧ ਨੂੰ ਮੰਨਦੇ ਆ ਬੁੱਧ ਭਗਵਾਨ ਨੂੰ ਸਾਨੂੰ ਕਈ ਚੀਜ਼ਾਂ ਫਰੀ ਦੇ ਕੇ ਜਾਂਦੇ ਸੀ ਹੈਨਾ ਫਿਰ ਕਈ ਥਾਂ ਲਿਜਾਂਦੇ ਸੀ ਫਰੀ ਉਹਨਾਂ ਦੀ ਬੈਨ ਆਉਂਦੀ ਸੀਗੀ ਹੈਨਾ ਤਾਂ ਆਹ ਜਿਹੜੀਆਂ ਨਰਸਾਂ ਕੁੜੀਆਂ ਨੂੰ ਸਿਖਾਉਂਦੇ ਨਰਸਾਂ ਦਾ ਹੈਨਾ ਉਹ ਸਾਹ ਦੇਣਾ ਇਹ ਵੀ ਸਾਨੂੰ ਉੱਧਰ ਲਿਜਾਂਦੇ ਰਹੇ ਤਾਂ ਹੁਣ ਤਾਂ ਤੁਸੀਂ ਆਉਂਦੇ ਹਾਂ ਬਸ ਅਤੇ ਉਹ ਦਿਨ ਮੈਨੂੰ ਤਾਂ ਹੈ ਨਾ 8 ਸਾਲ 10 ਸਾਲ ਹੀ ਹੋ ਗਿਆ ਮੈਨੂੰ 10 ਸਾਲ ਹੀ ਹੋ ਗਿਆ ਜਿੱਦਾਂ ਉੱਧਰ ਜਾਂਦੇ ਸੀ ਚਰਚ ਵਿੱਚ ਫਿਰ ਸਾਨੂੰ ਇੱਥੇ ਪਤਾ ਲੱਗਾ ਇੱਥੇ ਲੱਗ ਪਿਆ ਹੁਣ ਬਾਥਾਂ 'ਚ ਲਿਜਾਣਾ ਇਹਨਾਂ ਅਕਰਮੀਤ ਕੌਰ ਤਾਂ ਹੁਣੇ ਹੀ ਆਈ 2 ਸਾਲ ਹੀ ਹੋਇਆ ਮੈਨੂੰ ਲੱਗਦਾ ਪਹਿਲਾਂ ਕੁੜੀ ਜੀਤ ਸੀਗੀ ਤਾਂ ਉਸ ਤੋਂ ਪਹਿਲੇ ਇਹ ਸੀਗੇ ਕੌਣ ਗੁਰਮੀਤ ਕੌਰ ਇੱਥੇ ਹਾਂ ਕੋਈ ਗੱਲਬਾਤ ਕਰਨ ਆਉਂਦਾ ਇੱਥੇ ਬਾਹਰੋਂ ਲੱਗਦਾ ਆ ਉਹ ਆਉਂਦੀ ਹੋਣੀ ਆ ਮੈਨੂੰ ਲੱਗਦਾ ਹੈ ਨਾ ਕੁਲਵੰਤ ਉਹਦਾ ਆਦਮੀ ਬਿਮਾਰ ਆ ਹੁਣ ਜਿੱਦਾਂ ਹੁਣ ਉਹ ਤਾਂ ਹੈਗੀ ਆ ਡੋਰਾਂ ਬੰਦ ਕਰਨ ਵਾਲੀ ਆਹੋ ਗੱਲਬਾਤ ਕਰਨ ਕੌਣ ਆਉਂਦਾ ਤੁਸੀਂ ਆਏ ਆ ਤੁਸੀਂ ਕਿੰਨੀ ਵਾਰੀ ਆਇਆ ਕਹਿੰਦਾ ਸਾਲ ਵਿੱਚ ਡਾਇਟ ਵਗੈਰਾ ਆ ਜਦੋਂ ਕੰਮ ਹੋ ਗਿਆ ਫਿਰ ਫਿਨਿਸ਼ ਜਦੋਂ ਕੰਮ ਹੋ ਗਿਆ ਨਹੀਂ ਆਉਣਾ ਪੈਣਾ ਆ ਆਉਣਾ ਆ ਹੈ ਨਾ ਫਿਰ ਤਾਂ ਭੁੱਲ ਹੀ ਜਾਣਾ ਸਾਰੀਆਂ ਨੇ ਤੁਹਾਨੂੰ ਸਾਲ 'ਚ 2 ਵਾਰੀ ਦੁੱਖ ਵੀ ਆ ਜਾਇਆ ਕਰਿਓ ਨਾਲੇ ਫੋਟੋ ਉਹਨੂੰ ਇਹ ਚੌਕ ਹੈ ਮੇਰੀ ਫੋਟੋ ਦਾ ਚੱਲਦਾ ਅਸੀਂ ਉਹਨਾਂ ਦਾ ਬੰਦ ਕਰ ਦਿੰਦੇ ਇੰਨੀ ਕੋਈ ਬੰਦ ਕਰ ਤੋਂ ਪਹਿਲਾਂ ਜੇ ਤੁਸੀਂ ਨਾਲੇ ਤਾਂ ਤੁਹਾਨੂੰ ਫਾਇਦਾ ਨਾਲੇ ਸਾ ਤੁਸੀਂ ਗੱਲ ਬਾਤ ਹੋਰ ਕਿਸੇ ਚੀਜ਼ ਤੇ ਕੰਮ ਨਹੀਂ ਅਸੀਂ ਨਾ ਬੰਦ ਕਰ ਲਾਂਗੇ ਬੰਦ ਕਰ ਦੇ ਬਹੁਤ ਸਾਰਾ ਇੰਟਰਵਿਊ ਸਾਨੂੰ ਕੀਤੀ ਆ।